ਦੇਖੋ ਕਾਰਨ ਕਸਟਮਰ ਦੀ ਟੀਮ ਆਈ ਸੀ, ਕਾਫੀ ਦੇਰ ਉਹਨਾਂ ਨੇ ਸਰਚ ਆਪਣਾ ਕੀਤਾ, ਕਿਸੇ ਨੇ ਗਲਤ ਇਨਫੋਰਮੇਸ਼ਨ ਕਸਟਮ ਵਿਭਾਗ ਨੂੰ ਦਿੱਤੀ ਸੀ ਗੁਰਜੰਟ ਸਿੰਘ ਬਾਰੇ, ਗੁਰਜੰਟ ਸਿੰਘ ਸਨ ਆਫ ਰਵਿੰਦਰ ਕੁਮਾਰ ਔਰ ਹਾਊਸ ਨੰਬਰ 402 ਉਹਦੇ ਬਾਰੇ ਲਿਖਿਆ ਹੋਇਆ ਸੀਗਾ ਉਹਦੇ ਕੋਲ, ਉਹਦਾ ਸਰਚ ਬ੍ਰਾਂਚ ਸੀ ਉਹਦੇ ਕੋਲ, ਉਸ ਹਿਸਾਬ ਦੇ ਉੱਤੇ ਆਏ ਉਹਨਾਂ ਨੇ ਆਪਣੇ ਚੈਕਿੰਗ ਕੀਤੀ ਆ, ਪਰ ਇੱਥੇ ਕੁਛ ਵੀ ਨਹੀਂ ਪਾਇਆ ਗਿਆ ਕਿਉਂਕਿ ਲੜਕਾ ਹੈ ਜੋ ਗੁਰਜੰਟ ਸਿੰਘ ਉਹ ਮਿਹਨਤੀ ਆ ਔਰ ਦਿਹਾੜੀ ਦਾ ਲੜਕਾ ਵਾ, ਉਹ ਕਦੇ ਐਸਾ ਵੈਸਾ ਕੋਈ ਗਲਤ ਕੰਮ ਕਰ ਨਹੀਂ ਸਕਦਾ। ਜਿੱਥੇ ਤੋਂ ਕੋਈ ਇਨਫੋਰਮੇਸ਼ਨ ਮਿਲੀ ਆ, ਕੋਈ ਪਹਿਲਾਂ ਇੱਕ ਲੜਕਾ ਕੋਈ ਸੂਰਜ ਕੁਮਾਰ ਆਪਣੇ ਖਾਨੇ ਤੋਂ ਹੀ ਫੜਿਆ ਗਿਆ ਸੀਗਾ, ਜਿਹਨੇ ਇਸ ਗੁਰਜੰਟ ਸਿੰਘ ਦਾ ਨਾਮ ਦਿੱਤਾ ਵਾ ਔਰ ਇਹਦੇ ਡਾਕੂਮੈਂਟ ਵਗੈਰਾ ਜਾਂ ਜਿਹੜਾ ਐਡਰੈਸ ਸੀ ਘਰ ਦਾ ਉਹ ਦੱਸਿਆ, ਉਹਦੇ ਆਧਾਰ ਦੇ ਉੱਤੇ ਪੁਲਿਸ ਨੇ ਉਸ ਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਇਹਨਾਂ ਦੇ ਘਰੇ ਸਰਚ ਕੀਤੀ ਸੀ, ਜਿੱਥੋਂ ਇਹਨਾਂ ਦੇ ਕੋਲੋਂ ਕੁਛ ਵੀ ਨਹੀਂ ਇਹੋ ਜਿਹੀ ਗੱਲਬਾਤ ਸੀ। ਇਹ ਸ਼ਰੀਫ ਪਰਿਵਾਰ ਆ, ਬੜਾ ਨਾਈਸ ਪਰਿਵਾਰ ਆ, ਲੰਬੇ ਸਮੇਂ ਤੋਂ ਇੱਥੇ ਰਹਿੰਦੇ ਨੇ, ਅਸੀਂ ਇਹਨਾਂ ਦੀ ਪੂਰੀ ਗਰੰਟੀ ਲੈਂਦੇ ਹਾਂ ਇਸ ਚੀਜ਼ ਤੋਂ, ਕਿਉਂਕਿ ਐਸਾ ਕੋਈ ਕ੍ਰਿਮੀਨਲ ਕੰਮ ਨਹੀਂ ਕਰ ਸਕਦੇ। ਦੇਖੋ ਕਾਰਨ ਕਸਟਮਰ ਦੀ ਟੀਮ ਆਈ ਸੀ, ਕਾਫੀ ਦੇਰ ਉਹਨਾਂ ਨੇ ਸਰਚ ਆਪਣਾ ਕੀਤਾ, ਕਿਸੇ ਨੇ ਗਲਤ ਇਨਫੋਰਮੇਸ਼ਨ ਕਸਟਮ ਵਿਭਾਗ ਨੂੰ ਦਿੱਤੀ ਸੀ ਗੁਰਜੰਟ ਸਿੰਘ ਬਾਰੇ, ਗੁਰਜੰਟ ਸਿੰਘ ਸਨ ਆਫ ਰਵਿੰਦਰ ਕੁਮਾਰ ਔਰ ਹਾਊਸ ਨੰਬਰ 402 ਉਹਦੇ ਬਾਰੇ ਲਿਖਿਆ ਹੋਇਆ ਸੀਗਾ ਉਹਦੇ ਕੋਲ, ਉਹਦਾ ਸਰਚ ਬ੍ਰਾਂਚ ਸੀ ਉਹਦੇ ਕੋਲ, ਉਸ ਹਿਸਾਬ ਦੇ ਉੱਤੇ ਆਏ ਉਹਨਾਂ ਨੇ ਆਪਣੇ ਚੈਕਿੰਗ ਕੀਤੀ ਆ, ਪਰ ਇੱਥੇ ਕੁਛ ਵੀ ਨਹੀਂ ਪਾਇਆ ਗਿਆ ਕਿਉਂਕਿ ਲੜਕਾ ਹੈ ਜੋ ਗੁਰਜੰਟ ਸਿੰਘ ਉਹ ਮਿਹਨਤੀ ਆ ਔਰ ਦਿਹਾੜੀ ਦਾ ਲੜਕਾ ਵਾ, ਉਹ ਕਦੇ ਐਸਾ ਵੈਸਾ ਕੋਈ ਗਲਤ ਕੰਮ ਕਰ ਨਹੀਂ ਸਕਦਾ। ਜਿੱਥੇ ਤੋਂ ਕੋਈ ਇਨਫੋਰਮੇਸ਼ਨ ਮਿਲੀ ਆ, ਕੋਈ ਪਹਿਲਾਂ ਇੱਕ ਲੜਕਾ ਕੋਈ ਸੂਰਜ ਕੁਮਾਰ ਆਪਣੇ ਖਾਨੇ ਤੋਂ ਹੀ ਫੜਿਆ ਗਿਆ ਸੀਗਾ, ਜਿਹਨੇ ਇਸ ਗੁਰਜੰਟ ਸਿੰਘ ਦਾ ਨਾਮ ਦਿੱਤਾ ਵਾ ਔਰ ਇਹਦੇ ਡਾਕੂਮੈਂਟ ਵਗੈਰਾ ਜਾਂ ਜਿਹੜਾ ਐਡਰੈਸ ਸੀ ਘਰ ਦਾ ਉਹ ਦੱਸਿਆ, ਉਹਦੇ ਆਧਾਰ ਦੇ ਉੱਤੇ ਪੁਲਿਸ ਨੇ ਉਸ ਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਇਹਨਾਂ ਦੇ ਘਰੇ ਸਰਚ ਕੀਤੀ ਸੀ, ਜਿੱਥੋਂ ਇਹਨਾਂ ਦੇ ਕੋਲੋਂ ਕੁਛ ਵੀ ਨਹੀਂ ਇਹੋ ਜਿਹੀ ਗੱਲਬਾਤ ਸੀ। ਇਹ ਸ਼ਰੀਫ ਪਰਿਵਾਰ ਆ, ਬੜਾ ਨਾਈਸ ਪਰਿਵਾਰ ਆ, ਲੰਬੇ ਸਮੇਂ ਤੋਂ ਇੱਥੇ ਰਹਿੰਦੇ ਨੇ, ਅਸੀਂ ਇਹਨਾਂ ਦੀ ਪੂਰੀ ਗਰੰਟੀ ਲੈਂਦੇ ਹਾਂ ਇਸ ਚੀਜ਼ ਤੋਂ, ਕਿਉਂਕਿ ਐਸਾ ਕੋਈ ਕ੍ਰਿਮੀਨਲ ਕੰਮ ਨਹੀਂ ਕਰ ਸਕਦੇ। ਦੇਖੋ ਕਾਰਨ ਕਸਟਮਰ ਦੀ ਟੀਮ ਆਈ ਸੀ, ਕਾਫੀ ਦੇਰ ਉਹਨਾਂ ਨੇ ਸਰਚ ਆਪਣਾ ਕੀਤਾ, ਕਿਸੇ ਨੇ ਗਲਤ ਇਨਫੋਰਮੇਸ਼ਨ ਕਸਟਮ ਵਿਭਾਗ ਨੂੰ ਦਿੱਤੀ ਸੀ ਗੁਰਜੰਟ ਸਿੰਘ ਬਾਰੇ, ਗੁਰਜੰਟ ਸਿੰਘ ਸਨ ਆਫ ਰਵਿੰਦਰ ਕੁਮਾਰ ਔਰ ਹਾਊਸ ਨੰਬਰ 402 ਉਹਦੇ ਬਾਰੇ ਲਿਖਿਆ ਹੋਇਆ ਸੀਗਾ ਉਹਦੇ ਕੋਲ, ਉਹਦਾ ਸਰਚ ਬ੍ਰਾਂਚ ਸੀ ਉਹਦੇ ਕੋਲ, ਉਸ ਹਿਸਾਬ ਦੇ ਉੱਤੇ ਆਏ ਉਹਨਾਂ ਨੇ ਆਪਣੇ ਚੈਕਿੰਗ ਕੀਤੀ ਆ, ਪਰ ਇੱਥੇ ਕੁਛ ਵੀ ਨਹੀਂ ਪਾਇਆ ਗਿਆ ਕਿਉਂਕਿ ਲੜਕਾ ਹੈ ਜੋ ਗੁਰਜੰਟ ਸਿੰਘ ਉਹ ਮਿਹਨਤੀ ਆ ਔਰ ਦਿਹਾੜੀ ਦਾ ਲੜਕਾ ਵਾ, ਉਹ ਕਦੇ ਐਸਾ ਵੈਸਾ ਕੋਈ ਗਲਤ ਕੰਮ ਕਰ ਨਹੀਂ ਸਕਦਾ। ਜਿੱਥੇ ਤੋਂ ਕੋਈ ਇਨਫੋਰਮੇਸ਼ਨ ਮਿਲੀ ਆ, ਕੋਈ ਪਹਿਲਾਂ ਇੱਕ ਲੜਕਾ ਕੋਈ ਸੂਰਜ ਕੁਮਾਰ ਆਪਣੇ ਖਾਨੇ ਤੋਂ ਹੀ ਫੜਿਆ ਗਿਆ ਸੀਗਾ, ਜਿਹਨੇ ਇਸ ਗੁਰਜੰਟ ਸਿੰਘ ਦਾ ਨਾਮ ਦਿੱਤਾ ਵਾ ਔਰ ਇਹਦੇ ਡਾਕੂਮੈਂਟ ਵਗੈਰਾ ਜਾਂ ਜਿਹੜਾ ਐਡਰੈਸ ਸੀ ਘਰ ਦਾ ਉਹ ਦੱਸਿਆ, ਉਹਦੇ ਆਧਾਰ ਦੇ ਉੱਤੇ ਪੁਲਿਸ ਨੇ ਉਸ ਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਇਹਨਾਂ ਦੇ ਘਰੇ ਸਰਚ ਕੀਤੀ ਸੀ, ਜਿੱਥੋਂ ਇਹਨਾਂ ਦੇ ਕੋਲੋਂ ਕੁਛ ਵੀ ਨਹੀਂ ਇਹੋ ਜਿਹੀ ਗੱਲਬਾਤ ਸੀ। ਇਹ ਸ਼ਰੀਫ ਪਰਿਵਾਰ ਆ, ਬੜਾ ਨਾਈਸ ਪਰਿਵਾਰ ਆ, ਲੰਬੇ ਸਮੇਂ ਤੋਂ ਇੱਥੇ ਰਹਿੰਦੇ ਨੇ, ਅਸੀਂ ਇਹਨਾਂ ਦੀ ਪੂਰੀ ਗਰੰਟੀ ਲੈਂਦੇ ਹਾਂ ਇਸ ਚੀਜ਼ ਤੋਂ, ਕਿਉਂਕਿ ਐਸਾ ਕੋਈ ਕ੍ਰਿਮੀਨਲ ਕੰਮ ਨਹੀਂ ਕਰ ਸਕਦੇ।